ਹਾਂਜੀ ਕਿੱਦਾਂ ਸਰ, ਕੀ ਹਾਲ ਚਾਲ? ਆਈ ਹੋਪ ਸਾਰੇ ਵਧੀਆ ਅਤੇ ਠੀਕ ਠਾਕ ਹੋਣਗੇ। ਪਿਛਲੀ ਵੀਡੀਓ ਸ਼ੁਰੂ ਕੀਤੀ ਸੀ ਮੈਂ ਦਾਰੂ ਦੇ ਨਾਲ, ਮੈਂ ਬੈਠਾ 20 ਰੁਪਏ ਪੀਣ ਡਿਆ, ਮੈਂ ਖੋਲ੍ਹੀ ਸ਼ੁਰੂ ਕਰਤੀ ਵੀਡੀਓ ਬਣਾਉਣੀ, ਅਤੇ ਮੈਂ ਕਿਹਾ ਲੋਕ ਕਿਤੇ ਗਲਤ ਐਗਜ਼ਾਮਪਲ ਨਾਲ ਲੈ ਜਾਣ ਕਿ ਹਾਂ ਨਹੀਂ ਯਾਰ ਕਿੱਦਾਂ ਦੇ ਬੰਦੇ ਇਨਫਲੂਐਂਸ ਕੀ ਕਰਨ ਡੇ, ਹਾਂ 20 ਰੁਪਏ ਹੋ ਜੇ ਵੋ। ਸੋ ਜੇ ਦਾਰੂ ਪੀਵਾਂ ਮੈਂ ਖੁਦ ਹੀ ਪੀਵਾਂ, ਜੇ ਤੁਹਾਨੂੰ ਦਿਖਾ ਕੇ ਪੀਣਾ ਅੱਜ ਤੋਂ ਬਾਅਦ ਫਿਰ ਦੁੱਧ ਪੀਵਾਂ। ਵਾਹ ਯਾਰ, ਕੂਸੀ ਸ਼ਾਇਰੀ ਮਾਰੀ ਆ, ਪਰ ਠੀਕ ਆ, ਆਪਣੀ ਮਰਜ਼ੀ ਹਿਸਾਬ ਨਾ ਕਰਿਆ ਕਰੋ, ਮੇਰੇ ਪਿੱਛੇ ਲੱਗ ਕੇ ਕੁਛ ਨਾ ਕਰੀਓ। ਸਿੱਧੀ ਗੱਲ ਕਹਿੰਦਾ, ਇਹ ਨਾ ਕਹਿ ਦੀ ਬੱਚੋ ਕਿ ਹਾਂ ਤੁਸੀਂ ਲੋਕਾਂ ਨੂੰ ਕੀ ਸਿਖਾ ਰਹੇ ਹੋ, ਮੈਂ ਕਿਸੇ ਦੇ ਮੂੰਹ 'ਚ ਆ ਕੇ ਸ਼ਰਾਬ ਨਹੀਂ ਪਾਉਣ ਲੱਗਾ, ਉਹ ਚਲੋ ਮੈਂ ਆਪਣੇ ਵਾਈਫ 'ਚ ਬੈਠਾ ਗਿਆ, ਦੈਟਸ ਇਟ, ਉਹ ਗੱਲ ਵੱਖਰੀ। ਸੋ ਸਵਾਗਤ ਹੈ ਤੁਹਾਡਾ ਫਿਰ ਤੋਂ ਕਰਨ ਦਿੱਤਾ ਮਾਈਜ਼ ਉੱਪਰ, ਅੱਜ ਹੋਰ ਵੀਡੀਓ ਲੈ ਕੇ ਤੁਹਾਡੇ ਕੋਲ ਹਾਜ਼ਰ ਹੋ ਚੁੱਕੇ ਹਾਂ, ਅਤੇ ਅੱਜ ਦੀ ਵੀਡੀਓ ਹੋਣ ਵਾਲੀ ਆ ਖੁਸ਼ੀ ਵਿਵੇਕ ਚੌਧਰੀ ਉੱਪਰ, ਜਿਹਨਾਂ ਨੇ ਲੋਕਾਂ ਨੂੰ ਪਾਗਲ ਬਣਾਉਂਦਾ ਠੇਕਾ ਲੈ ਚੁੱਕੇ ਆ, ਵਿਦ ਪਰੂਫ ਸਾਰੀ ਗੱਲ ਕਰਾਂਗੇ, ਅਤੇ ਕੁਛ ਸਵਾਲ ਹੈਗੇ ਆ ਜਿੱਦਾਂ ਇਹ ਕਹਿੰਦੇ ਨਾ ਅਸੀਂ ਸਵਾਲਾਂ ਜਵਾਬ ਦੇਣ ਡੇ, ਅਸੀਂ ਵੀਡੀਓ ਪਾਈ ਆ, ਮੈਂ ਵੀ ਨਹੀਂ ਕਹਿੰਦਾ ਕਿ ਭਰਾਵਾ ਵੀਡੀਓ ਪਾ ਕੇ ਜਵਾਬ ਦਿਓ, ਹਮਕੋ ਆਪਕੀ ਵੋ ਇਨਡਾਇਰੈਕਟ ਵਾਲਾ ਸ਼ਾਊਟ ਆਊਟ ਨਹੀਂ ਚਾਹੀਏ, ਅਸੀਂ ਖੁਸ਼ ਹਾਂ ਆਪਣੀ ਆਡੀਅੰਸ ਦੇ ਨਾਲ, ਭਾਵੇਂ ਅਗਰ ਗਲਤ ਵੀ ਬੋਲਦੇ ਸਹੀ ਬੋਲਦੇ, ਆ ਮੇਰੀ ਭਲੇ ਚੀਜ਼ ਨੂੰ ਜਾਂ ਮੇਰੇ ਚੰਗੇ ਨੂੰ ਕਹਿੰਦੇ ਆ, ਉਹ ਗੱਲਾਂ ਬਾਅਦ ਦੀਆਂ। ਸੋ ਬਿਨਾਂ ਟਾਈਮ ਵੇਸਟ ਕੀਤੇ ਆਇਓ ਕਰਦੇ ਹਾਂ ਵੀਡੀਓ ਸ਼ੁਰੂ। फोर मंथ गाइज, फाइनली 4 महीने के बाद आज हम लोग का व्लॉग आ रहा है, एंड मुझे पता है आप लोगों के मन में बहुत सारे सवाल होंगे। ओ गरीबा दे अमिताभ बच्चन केड़े गल्लां दे सवाल पैण जो केबीसी चलांदा, जिथे सवालों के जवाब के नाल नॉलेज भी वधदी आ, पैसे भी मिलते हैं, तुहाडे सवालों के जवाब किहने देने आ, की करना जब बोलना ही सिखिया झूठा तो फिर की कर लेना, बाकी इट्स ओके, कोई गल नहीं, ब्लॉगरां दा काम यही आ, धंधा लोगों को पागल बनाना, तो अपना पैसा छापना, असं भी छापते हाँ, पर तुहाडे वांगू ये नहीं है कि सिर्फ पागल ही बनाइए लोगों, कोई गल नहीं। ਦੱਸੋ ਜੀ ਕੀ ਕਹਿਣਾ ਤੁਸੀਂ? ਕਭੀ ਹਾਂ ਫਿਊਚਰ ਮੈਂ 100% ਮੈਂ ਆਪ ਲੋਕ ਸਾਥ ਸ਼ੇਅਰ ਕਰੂੰਗਾ ਕਿਸੇ ਦਿਨ ਆਪਣੀ ਸਨੈਪ ਪੇ, ਇੰਸਟਾਗ੍ਰਾਮ ਪੇ, ਲੇਕਿਨ ਹਾਂ ਬੋਲਣਾ ਮੁਝੇ ਲੱਗਦਾ ਠੀਕ ਨਹੀਂ ਰਹੇਗਾ। ਉਸ ਸ਼ੋਅ ਕੀ ਵਜ੍ਹਾ ਸੇ ਹਮ ਲੋਗੋਂ ਨੇ ਸੋਚਾ ਥਾ ਕਿ ਕੁਛ ਟਾਈਮ ਤੱਕ ਹਮ ਲੋਗ ਇਨਐਕਟਿਵ ਰਹਤੇ, ਕਿਉਂਕਿ ਸ਼ੋਅ ਕੀ ਨੋਮਸ ਐਸੀ ਥੀ, ਹਮ ਲੋਗੋ ਥਾ ਕਿ ਕੁਛ ਟਾਈਮ ਇਨਐਕਟਿਵ ਰਹਤੇ ਹੈ, ਤੋ ਥੋੜ੍ਹਾ ਔਰ ਜਬ ਹਮ ਸ਼ੋਅ ਮੇਂ ਜਾਏਂਗੇ ਤੋ ਮਜ਼ਾ ਆਏਗਾ। ਮਜ਼ੇ ਨੂੰ ਛੱਡ ਵੀਰ, ਮਜ਼ੇ ਲੈਂਦੇ ਲੈਂਦੇ ਖੋਤੀ ਲਾਹੌਰ ਪਹੁੰਚ ਗਈ, ਤੁਸੀਂ ਲਾਹੌਰ ਵੜ ਕੇ ਤੁਹਾਨੂੰ ਤਾਂ ਪਛਾਣਨਾ ਵੀ ਕਿਸੇ ਨਾ ਨਹੀਂ, ਇੱਧਰ ਹਾਂਜੀ ਜੀਦੀ ਜੀਜੂ ਕਰਨ ਵਾਲੇ ਉੱਥੇ ਮੇਰੇ ਖਿਆਲ ਹੈ ਨਹੀਂ ਕਿ ਜੇ ਹੋ ਗਏ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਤੁਹਾਡਾ, ਬਾਕੀ ਗੱਲ ਕਰਦੇ ਕਿ ਹਾਂ ਅਸੀਂ ਤਾਂ ਜੀ ਤਾਂ ਇਨਐਕਟਿਵ ਹੋਏ ਸੀਗੇ, ਗੱਲਾਂ ਨੋਟ ਕਰੀਏ ਜੀ, ਉਹ ਕਹਿੰਦੇ ਅਸੀਂ ਤਾਂ ਇਨਐਕਟਿਵ ਹੋਏ ਸੀ, ਅਸੀਂ ਵਲੌਗ ਤਾਂ ਨਹੀਂ ਪਾਉਂਦੇ ਸੀ, ਅਸੀਂ ਹਾਈਪ ਬਣਾ ਰਹੇ ਸੀਗੇ, ਮਤਲਬ ਕਿ ਇਹਨਾਂ ਦੇ ਘਰੇ ਕੋਈ ਡਿਸਪਿਊਟ ਨਹੀਂ ਹੋਇਆ ਸੀ ਇਹੋ ਜਿਹਾ, ਆਪਸ 'ਚ ਇਹਨਾਂ ਨੂੰ ਲੈ ਕੇ ਲੜਾਈ ਝਗੜਾ ਵਿਵਾਦ, ਉਹ ਤਾਂ FIR ਦੀ ਕਾਪੀ ਮੇਰੇ ਖਿਆਲ ਸਾਈਡ 'ਤੇ ਆਉਣ ਡੀ ਹੋਣੀ ਆ, ਥਾਣੇ 'ਚ ਬੈਠੇ ਦੀ ਫੋਟੋਆਂ ਚੀਜ਼ਾਂ, ਇਹ ਕਿਹੜਾ ਚੱਕਰ ਪੈ ਗਿਆ ਸੀ ਵੀਰ ਜੀ, FIR ਦੀ ਕਾਪੀ ਕਾਹਦੀ ਪੈ ਗਈ ਸੀ, ਇਹ ਚੀਜ਼ਾਂ ਹੋਰ, ਚਲੋ ਛੱਡੋ ਇਹ ਵੀ ਗੱਲ ਛੱਡੋ ਯਾਰ, ਮੈਂ ਪਿਛਲੀ ਵੀਡੀਓ 'ਚ ਇੱਕ ਆਡੀਓ ਸ਼ੇਅਰ ਕੀਤੀ ਸੀਗੀ, ਸੁਣ ਲਓ ਦੁਬਾਰਾ ਉਹ। ਸੋਸ਼ਲ ਮੀਡੀਆ ਹਰ ਰਾਜਾ ਚਾਹੀਏ ਮੁਝੇ, ਬਸ ਰਾਜਾ ਚਾਹੀਏ ਮੁਝੇ। ਆਪ ਹੀ ਗਾੜੀ ਮੇ ਬੈਠੇ ਥੇ, ਜਬ ਮੇਰੀ ਬਾਤ ਸੁਣ, ਅਬ ਤੂੰ ਮੇਰੀ ਬਾਤ ਸੁਣ ਲੈ, ਤੂੰ ਕੋਰਟ ਸੇ ਲੇ ਲੀਏ, ਹਮ ਵੀ ਦੇਖਾਂਗੇ, ਠੀਕ ਹੈ ਪਾਪਾ ਜੀ, ਠੀਕ ਹੈ ਨਹੀਂ। ਆਡੀਓ ਕਿੱਥੋਂ ਆ ਗਈ ਸੀਗੀ? ਓਹੋ ਅੱਛਾ ਅੱਛਾ, ਮੈਂ ਗਲਤ ਕੀਤਾ ਹੋਣਾ ਨਾ, ਕੋਈ ਗੱਲ ਨਹੀਂ, ਵਿਦ ਪਰੂਫ ਗੱਲ ਕਰਾਂਗੇ ਇਸ ਚੀਜ਼ ਦੀ ਵੀ। ਮੇਰੇ ਨਾਨੂ ਜਿਨਕੋ ਹਮ ਬਹੁਤ ਜ਼ਿਆਦਾ ਪਿਆਰ ਕਰਤੇ ਹੈ, ਮਤਲਬ ਮੈਂ ਇਤਨਾ ਡਰ ਗਿਆ ਥਾ ਉਸ ਚੀਜ਼ ਕੋ ਲੇਕਰ ਕੇ, ਮੈਂ ਸਾਈਡ ਮੇਂ ਅਗਰ ਮੇਰੇ ਪਾਸ ਫੋਟੋ ਹੋ ਗਈ ਕਹੀਂ, ਕਿਉਂਕਿ ਮੈਂ ਪਾਪਾ ਕੋ ਸ਼ੇਅਰ ਕਰੀ ਥੀ ਜਬ ਹਸਪਿਟਲ ਮੈਂ ਉਨਕੇ ਪਾਸ ਗਿਆ, ਉਸਕੇ ਬਾਅਦ ਨਿਸ਼ੂ ਦੀਦੀ ਕੀ ਤਬੀਅਤ ਖਰਾਬ ਹੋ ਗਈ, ਔਰ ਇਸ ਓਵਰਆਲ ਸਿਨੈਰੀਓ ਮੈਂ ਨਾ ਜਬ ਖੁਸ਼ੀ ਕੀ ਦਾਦੀ ਇੱਕ ਵਾਰ ਐਕਸਪਾਇਰ ਹੋਈ ਥੀ, ਤੋ ਹਮ ਲੋਗ ਤਬ ਵੀ ਬਹੁਤ ਟਾਈਮ ਕੇ ਲਈ ਇਨਐਕਟਿਵ ਹੋਏ ਥੇ, ਲੇਕਿਨ ਉਸ ਟਾਈਮ ਪੇ ਟਿਕਟੋਕ ਚਲਾ ਕਰਤਾ ਥਾ, ਲੇਕਿਨ ਤਬ ਕਿਸੀ ਨੇ ਇਤਨਾ ਨੋਟਿਸ ਨਹੀਂ ਕੀਆ। ਵੈਸੇ ਦੇਖੋ ਜੀ, ਮੈਂ ਗੱਡੀਆਂ ਵਿਕਦੀਆਂ ਦੇਖੀਆਂ, ਮੈਂ ਮੋਟਰਸਾਈਕਲ ਵਿਕਦੇ ਦੇਖੇ, ਘਰ ਵਿਕਦੇ ਦੇਖੇ, ਸਮਾਨ ਵਿਕਦੇ ਦੇਖਿਆ, ਪਰ ਬਲੌਗਰ ਨਾ ਜ਼ਮੀਰ ਬਹੁਤ ਚੰਗੀ ਤਰ੍ਹਾਂ ਵੇਚ ਲੈਂਦੇ ਆ, ਅਤੇ ਇਹੋ ਜਿਹਾ ਨੂੰ ਕੋਈ ਸ਼ਰਮ ਵੀ ਨਹੀਂ ਆਉਂਦੀ ਵੇਚਦੇ ਵਕਤ ਕਿ ਹਾਂ ਜੀ
ਉਹ ਬਿਮਾਰ ਸੀ, ਉਹ ਇੱਦਾਂ ਸੀ, ਉਹ ਇੱਦਾਂ ਸੀ, ਤਾਂ ਕਰਕੇ ਯਾਰ ਇੱਕ ਚੀਜ਼ ਡਿਸਾਈਡ ਕਰ ਲਓ ਕਿ ਤੁਸੀਂ ਸ਼ੋਅ ਦੀ ਹਾਈਪ ਬਣਾਉਣੀ ਸੀਗੀ ਤਾਂ ਇਨਐਕਟਿਵ ਸੀਗੇ, ਜਾਂ ਕੋਈ ਬਿਮਾਰ ਸੀਗਾ ਤਾਂ ਥੋੜ੍ਹਾ ਧਿਆਨ ਉੱਧਰ ਲੱਗ ਗਿਆ ਸੀਗਾ, ਕਹਿੰਦਾ ਕਿ ਹਾਂ ਪਹਿਲਾਂ ਖੁਸ਼ੀ ਦੀ ਮਾਂ ਦਾਦੀ ਐਕਸਪਾਇਰ ਹੋਈ ਸੀ, ਉਦੋਂ ਵੀ ਆਪਾਂ ਰੀਲਾਂ ਨਹੀਂ ਬਣਾਈਆਂ। ਬਰੋ ਤੁਸੀਂ ਕੰਪੇਅਰ ਕੀ ਕਰਦੇ ਪਏ ਡੈਥ ਨੂੰ ਰੀਲਾਂ ਨਾਲ? ਵਾਹ ਕਿਆ ਸੀਨ ਹੈ। ਹਾਲੇ ਬਲੌਗਰ ਜਿੰਨਾ ਬੰਦਾ ਫੇਮਸ ਹੁੰਦਾ ਨਾ, ਮੈਂਟੈਲਿਟੀ ਉਨੀ ਖਰਾਬ ਹੋ ਜਾਂਦੀ ਹੈ ਕਿ ਉਹ ਲੋਕ ਲਿਖ ਰਹੇ ਕਿ ਹਮ ਮਰ ਗਏ ਜਾਂ ਹਮਾਰੇ ਪਰਿਵਾਰ ਮੇਂ ਸੇ ਕੋਈ ਮਰ ਗਿਆ। ਟਰਸਟ ਮੀ, ਐਸਾ ਹੁਆ ਥਾ ਕਿ ਹਮਾਰਾ ਇੱਕ ਕਲੋਜ਼ ਵਨ ਬਹੁਤ ਵੋ ਐਕਸਪਾਇਰ ਹੋ ਗਏ ਥੇ। ਕਿੰਨੀ ਬੁਰੀ ਗੱਲ ਆ ਯਾਰ, ਲੋਕੀ ਕਿੰਨੇ ਪਾਗਲ ਹੋ ਚੁੱਕੇ ਆ ਵਿਊ ਪਿੱਛੇ। ਯਾਰ ਮੈਂ ਤੁਹਾਡੇ ਨਾਲ ਇਸ ਚੀਜ਼ ਦੇ ਕਿ ਹਾਂ ਕਿੱਦਾਂ ਲਿਖ ਦਿੰਦੇ ਕਿ ਆ ਖੁਸ਼ੀ ਮਰ ਗਈ, ਵਿਵੇਕ ਮਰ ਗਿਆ ਜਾਂ ਪਰਿਵਾਰ 'ਚ ਕੋਈ ਮਰ ਗਿਆ। ਓਬਵੀਅਸ ਇਸ ਗੱਲ ਦਾ ਬਹੁਤ ਬੈਡ ਇੰਪੈਕਟ ਪੈਂਦਾ ਯਾਰ, ਇੱਦਾਂ ਨਹੀਂ ਕਹਿਣਾ ਚਾਹੀਦਾ। ਲੋਕੋ ਸੱਚ ਬੋਲਿਆ ਕਰੋ, ਕਹੋ ਕਿ ਜਿਹੜਾ ਭੈਣ ਚੋਂ ਤਾਂ ਜ਼ਮੀਰ ਮਰ ਗਏ ਆ, ਹੋਰ ਕੁਛ ਨਹੀਂ, ਜ਼ਮੀਰ ਮਰੇ ਪਏ ਆ ਤਾਂ ਹੀ ਗੱਲਾਂ ਹੋਣ ਡੀਆਂ। ਕਿਹੜੀ ਗੱਲ ਦੀ? ਨਾਲੇ ਬਰੋ ਗੱਲ ਸੁਣੋ, ਪਹਿਲੀ ਗੱਲ ਹਰ ਕਾਪੀਰਾਈਟ ਦਾ ਬਾਕੀ ਕਾਪੀਰਾਈਟ ਵਾਪਸ ਵੀ ਵੱਜਦਾ ਹੁੰਦਾ ਕਿ ਹਾਂ ਕਾਊਂਟਰ ਸਟ੍ਰਾਈਕ ਵੀ ਮਾਰ ਸਕਦੇ। ਬਟ ਹਾਂ, ਜਿਹੜਾ ਬੰਦਾ ਸਮਝਦਾਰ ਜਾਂ ਜਿਹੜਾ ਬੰਦਾ ਚੰਗਾ ਇਨ ਦਾ ਸੈਂਸ ਮੈਂਟੈਲਿਟੀ ਤੋਂ ਬਿਜ਼ਨਸ ਨੂੰ ਲੈ ਕੇ ਕੰਮ ਨੂੰ ਲੈ ਕੇ ਚੰਗਾ ਹੋਵੇ ਨਾ, ਉਹ ਸਟ੍ਰਾਈਕਾਂ ਨਹੀਂ ਪਾਉਂਦਾ। ਬਟ ਇਹੋ ਜਿਹੇ ਪੇਜਾਂ 'ਤੇ ਸਟ੍ਰਾਈਕਾਂ ਪਾਈਆਂ ਜਿਨ੍ਹਾਂ ਨੇ ਗਲਤ ਲਿਖਿਆ ਤੁਹਾਡੇ ਲਈ, ਦੈਟਸ ਗੁੱਡ। ਉਹ ਚੀਜ਼ਾਂ ਕਰਨੀਆਂ ਚਾਹੀਦੀਆਂ ਕਿਉਂਕਿ ਕਈਆਂ ਨੂੰ ਅਕਲ ਨਹੀਂ ਆਉਂਦੀ। ਮਾੜਾ ਮੋਟਾ ਤੁਹਾਡਾ ਸਾਥ ਵੀ ਦੇ ਦਿੰਦੇ ਹਾਂ, ਪਰ ਝੂਠ ਨਾ ਬੋਲੋ, ਕਿਉਂਕਿ ਹੁਣ ਜਿਹੜੀਆਂ ਗੱਲਾਂ ਅੱਗੇ ਕਰਨੀਆਂ ਫਿਰ ਤੁਹਾਡੇ ਕੋਲ ਉਹਦੇ ਜਵਾਬ ਨਹੀਂ ਮਿਲਣੇ। ਜੀ ਇੱਕ ਉਹ ਆਡੀਓ, ਆਡੀਓ ਵੀ ਤਾਂ ਸੁਣੀ ਹੋਗੀ ਪਾਪਾ ਕੀ ਆਪਕੇ। ਓ ਮਾਮਾ ਜੀ, ਮੇਨ ਆਦਮੀ, ਮੇਨ ਆਦਮੀ। ਪਿਆਰੀ ਖੁਸ਼ ਹੋ ਗਈ ਕਿ ਹਾਂ ਨਹੀਂ ਮਾਮਾ ਜੀ, ਉਹ ਪਿੱਛੋਂ ਕਹਿਣ ਡਿਆ ਕੈਮਰਾਮੈਨ, ਪਤਾ ਨਹੀਂ ਉਹਦਾ ਮਾਮਾ ਲੱਗਦਾ ਹੋਣਾ, ਕਿ ਹਾਂ ਆਡੀਓ ਸੁਣੀ ਹੋਣੀ ਕਿੱਦਾਂ ਜੱਫੀ ਪਾਉਣ ਡੀ ਆ। ਕੀ ਹੋਇਆ, ਜਿਹੜੀ ਆਡੀਓ ਸੁਣੀ ਵਿੱਚ ਤਾਂ ਲਾਂਤਾਂ ਬਹੁਤ ਪੈਣ ਡੀਆਂ ਸੀਗੀਆਂ, ਇਹ ਸਭ ਕੀ ਹੋਣ ਡਿਆ ਆ? ਪ੍ਰੈਂਕ ਵੀਡੀਓ ਥੀ, ਪਹਿਲੇ ਹਮਨੇ ਇਹ ਸੋਚਾ ਥਾ ਕਿ ਹਮ ਪਾਪਾ ਪੇ ਕਰੇਂਗੇ, ਪਾਪਾ ਕੋ ਸਾਥ ਮਿਲਾ ਕੇ ਮਾਂ ਕੇ ਉੱਪਰ ਰਾਜਾ ਕੋ ਲੈ ਕੇ। ਔਰ ਸੇਮ ਪ੍ਰੈਂਕ ਹਮਨੇ ਮੰਮੀ ਪੇ ਵੀ ਕੀਆ ਥਾ, ਫਿਰ ਮੈਨੇ ਮੰਮੀ ਵਾਲੀ ਆਡੀਓ ਦੇਖੀ ਕਿ ਅਗਰ ਮੰਮੀ ਕੀ ਵੀ ਆਡੀਓ ਹਮ ਲੋਗ ਕਾਟ ਕੇ ਡਾਲ ਦੇ। ਨਹੀਂ, ਕਿਸੀ ਨੇ, ਕਿਸੀ ਹੁਸ਼ਿਆਰ ਆਦਮੀ ਨੇ, ਕੋਈ ਹਮਾਰਾ ਬਹੁਤ ਕਲੋਜ਼ ਆਦਮੀ ਹੈ ਔਰ ਹਮੇ ਬਹੁਤ ਅੱਛੇ ਸੇ ਪਤਾ ਹੈ ਕਿ ਕਿਸਕੀ ਬਸੜ ਕਰੀ ਹੋਈ ਹੈ। ਆ ਦੇਖ ਲੋ ਭੈਣ ਜੋ, ਡਿਟੈਕਟਿਵ ਬੋਮਕੇਸ਼ ਬਖਸ਼ੀ ਨਹੀਂ, ਇਹ ਤਾਂ ਫੁੱਦੂ ਬਖਸ਼ੀ ਆ ਕੋਈ, ਇਹਨੂੰ ਬਖਸ਼ ਮਿਲੀ ਹੋਈ ਹੈ ਫੁੱਦੂਆਂ ਗੱਲਾਂ ਕਰਨ ਦੀ ਕਿ ਸਾਨੂੰ ਪਤਾ, ਜੇ ਤੁਹਾਨੂੰ ਪਤਾ ਆਡੀਓ ਕਿਹਨੇ ਬਾਹਰ ਲਗੀ ਤੀ, ਤੁਹਾਡਾ ਪਰਸਨਲ ਡਾਟਾ ਕਿਹਨੇ ਲੀਕ ਕੀਤਾ, ਉੱਥੇ ਜਾ ਕੇ ਕੇਸ ਕਰਦੇ, ਜਾਂ ਉਹਨੀ ਸਟੋਰੀ ਪਾ ਕੇ ਅੱਗੇ ਦੱਸ ਗਈ ਆਹ ਬੰਦਾ ਸਾਡਾ ਫੁੱਦੂ ਨਿਕਲਿਆ ਜੀ, ਇਹ ਸਾਡੇ ਬਹਿਣ ਦੇ ਯੋਗਾ ਕਾਬਲ ਹੈ ਨਹੀਂ ਗਾ, ਜਾਂ ਕੁਛ ਚੀਜ਼ਾਂ ਇੱਦਾਂ ਦੀਆਂ ਕਾਹਨੂੰ ਜਾਂ ਤੁਹਾਨੂੰ ਪਾਗਲ ਬਣਾਈ ਜਾਂਦੇ ਆ। ਅੱਜ ਤੋਂ ਕੁਛ ਟਾਈਮ ਪਹਿਲਾਂ ਮੈਂ ਇੱਕ ਵੀਡੀਓ ਬਣਾਈ ਸੀ ਇਹਨਾਂ ਉੱਪਰ, ਜਿਹਦੇ ਵਿੱਚ ਗੱਲ ਕੀਤੀ ਸੀ ਇਹਨਾਂ ਦੀ, ਇਹਨਾਂ ਨੇ ਬੱਚੋ ਸਵਾਲ ਚੱਕ ਲਏ ਲੋਕਾਂ ਨੂੰ ਕਿ ਹਾਂ ਪ੍ਰੂਫ ਦਿਓ ਤੁਸੀਂ ਬੇਇੱਜ਼ਤੀ ਐਵੇਂ ਬਗਾਲ ਤੋਂ ਕਰੀ ਜਾਂਦੇ ਆ, ਤੁਸੀਂ ਜੈਲਸ ਫੀਲ ਕਰਦੇ, ਮੇਰੀ ਗਾਂ ਨੂੰ ਭੈਣ 'ਚ ਜ਼ਮੀਨ ਲੱਗਦੀ ਇਹਨਾਂ ਨੇ, ਕਿ ਹਾਂ ਨਹੀਂ ਇਹਨਾਂ ਦੇ ਚਾਰ ਗੱਲੇ ਵੱਧ ਸਾਡੇ ਘੱਟ, ਕਿਹੜੀ ਗੱਲ ਤੂੰ ਜੈਲਸ ਫੀਲ ਕਰਨਾ? ਅਤੇ ਦੂਜੀ ਗੱਲ, ਉਹ ਕੀ ਨਾਂ ਸੀ ਕੁੜੀ ਦਾ, ਖੁਸ਼ੀ ਪੰਜਾਬਣ ਦੀ ਨਾ ਭੈਣ ਹੈਗੀ ਆ ਕੋਈ, ਸਿਮਰਨ ਆ ਮੇਰੇ ਖਿਆਲ, ਮੈਨੂੰ ਉਹਦਾ ਕੁਛ ਇੱਦਾਂ ਦਾ ਪਤਾ ਕੁਤਾ ਨਹੀਂ ਕੁਛ। ਉਹ ਕੁੜੀ ਦੇ ਨਾਲ ਨਾ ਇੱਕ ਹੋਰ ਕੁੜੀ ਰਹਿੰਦੀ ਸੀ, ਨਵ ਰਹਿੰਦੀ ਸੀ ਕੁੜੀ, ਜਲੰਧਰ ਤੋਂ ਅੱਗੇ ਆ ਉਹਦਾ ਘਰ ਟਾਂਡੇ ਵਾਲੀ ਰੋਡ 'ਤੇ, ਅਤੇ ਇੱਥੇ ਇੰਟਰਨਸ਼ਿਪ ਲੱਗੀ ਸੀ ਚੰਡੀਗੜ੍ਹ ਉਹਨਾਂ ਦੀ, ਮੇਰੇ ਨਾਲ ਸਨੈਪਚੈਟ 'ਤੇ ਐਡ ਸੀ, ਮੈਂ ਤਾਂ ਗੱਲਾਂ ਗੁੱਲਾਂ ਕੀਤੀਆਂ, ਮੈਂ ਕਿਹਾ ਤੂੰ ਤਾਂ ਖੁਸ਼ੀ ਪੰਜਾਬਣ ਦੀ ਭੈਣ ਦੇ ਨਾਲ ਰਹਿੰਦੀ ਆ, ਫਿਰ ਉਹਨੇ ਸਾਰਾ ਕੁਝ ਦੱਸਿਆ ਕਿ ਜਿਹੜੀ ਪਿਛਲੀ ਵੀਡੀਓ 'ਚ ਆ ਵੋਇਸ ਨੋਟ ਸੁਣੋ ਪਹਿਲਾਂ। ਵੇਖ ਬੋਲਦਾ ਕਿ ਮੈਂ ਹੈ ਨਹੀਂ, ਮਤਲਬ ਕਿ ਕੁਛ ਵੀ ਤੇਰਾ ਨਾਮ ਨਹੀਂ ਕਰਨਾ, ਕੋਈ ਚੀਜ਼ ਤੇਰਾ ਨਾਮ ਨਹੀਂ ਕਰਨੀ, ਦੀਦੀ ਨੂੰ ਬੋਲਦਾ, ਅਤੇ ਬਾਕੀ ਆਪਣੀ ਐਕਸ ਕੋਲ ਜ਼ਿਆਦਾ ਜਾ ਰਿਹਾ, ਮੈਂ ਵੀ ਉਹਦੇ ਕੋਲ ਜਾਣਾ ਚਾਹੁੰਦਾ ਫਿਰ ਦੁਬਾਰਾ ਤੋਂ, ਆਪਣੀ ਮੂੰਹ ਬੋਲੀ ਗੱਲ ਆ ਜਿਹੜੀ ਉਹਦੇ ਨਾਲ ਰਹਿੰਦੀ ਸੀ, ਵਿਦ ਪ੍ਰੂਫ ਸਾਰੀਆਂ ਗੱਲਾਂ ਮੈਂ ਸਕਰੀਨ ਰਿਕਾਰਡ ਕੀਤੀਆਂ ਹੋਈਆਂ, ਤਾਂ ਕਿ ਕੱਲ੍ਹ ਇਹ ਨਾ ਕਹਿ ਦੇਵੇ ਕਿ ਹਾਂ ਦੂਜੇ ਫੋਨ ਤੋਂ ਸਨੈਪਚੈਟ ਦੀ ਗੱਲ ਹੁੰਦੀ ਨਾ, ਕਿ ਹਾਂ ਇਹ ਮੈਂ ਖੁਸ਼ੀ ਪੰਜਾਬਣ ਦੀ ਭੈਣ ਨਹੀਂ ਰਹਿੰਦੀ ਸੀ, ਤਾਂ ਗੱਲਾਂ ਉਹਦੇ ਨਾਲ ਬੈਠੇ ਦੀ ਸਟਰੀਕਾਂ, ਘਰ ਦੀਆਂ ਚੀਜ਼ਾਂ, ਖਾਣ ਪੀਣ ਸਭ ਰੱਖੇ ਸੀ ਉਦਣ, ਸਾਰੀ ਚੈਟ ਵੀ ਰਿਕਾਰਡ ਕੀਤੀ ਸੀਗੀ, ਇਹਨਾਂ ਅਰਗੇ ਮੁੱਕਰ ਜਾਂਦੇ ਛੇਦੀ। ਫਿਰ ਕੁੜੀ ਨੇ ਕਿਉਂ ਕਿਹਾ ਇੱਦਾਂ ਚੱਕ ਕੇ ਕੁੜੀ ਅੱਗੇ ਕਰੋ ਆਡੀਓ ਵਾਇਰਲ ਕਰਨ 'ਚ, ਫਿਰ ਕੁੜੀ ਦਾ ਹੱਥ ਆ ਜੀ ਨਵ ਕੋਤਰਾ ਨਾਮ ਆ, ਲਓ ਐਕਸ਼ਨ, ਕਿਉਂ ਨਹੀਂ ਲੈਣਾ? ਕਿਉਂਕਿ ਸੱਚ ਸਾਹਮਣੇ ਆ ਜਾਣਾ, ਲੋਕਾਂ ਨੂੰ ਪਾਗਲ ਬਣਾਈ ਜਾਓ ਕਿ ਹਾਂ ਨਹੀਂ ਅਸੀਂ ਨਹੀਂ ਕੀਤਾ ਜੀ, ਉਹ ਇੱਦਾਂ ਨਹੀਂ ਕੀਤਾ। ਵੀਡੀਓ ਲੈ ਕਰਕੇ ਰੋ ਵੀਡੀਓ ਰਹਿਤੀ ਮੈਂ ਬਤਾਤਾ ਹੂੰ, ਉਹਨੇ ਓਰੀਜਨਲ ਵੀਡੀਓ ਲੈ ਕਰਕੇ ਵੀਡੀਓ ਹਟਾਈ ਪਹਿਲੇ ਤੋਂ, ਔਰ ਜੋ ਉਹ ਆਡੀਓ ਬਚੀ ਹੈ ਉਸਕੋ ਇਤਨਾ ਸਮੂਥ ਕੀਆ। ਭਾਈ ਸਮੂਥ ਤਾਂ ਤੂੰ ਉਹ ਵੀ ਭੋਰਨ ਦੇ ਵਿੱਚ, ਕਿਹੜੀਆਂ ਗੱਲਾਂ ਕਰੀਆਂ ਨਾ,
ਝੂਠ ਦੇ ਵੀ ਨਾ ਭੈਣ 'ਚ ਕੋਈ ਹੱਦ ਹੁੰਦੀ ਆ, ਤੁਸੀਂ ਹੱਦਾਂ ਬਾਹਰ ਕੀਤੀਆਂ ਪਈਆਂ ਕਿ ਨਹੀਂ ਜੀ ਉਹਨੇ ਇਹ ਕਰਤਾ ਉਹਨੇ ਉਹ ਕਰਤਾ। ਮੈਨੂੰ ਸ਼ਰਮ ਆਉਣ ਦੀ ਭੈਣ 'ਚੋਂ ਇਹ ਗੱਲ ਕਹਿੰਦੇ ਹੋ ਕਿ ਅਗਰ ਵਲੋਗਰ ਕਮਿਊਨਿਟੀ ਇੰਨੀ ਗਿਰ ਚੁੱਕੀ ਆ, ਮਾਂ ਪਿਓ ਦਾ ਸਟੈਂਡਰਡ ਇੰਨਾ ਗਿਰ ਚੁੱਕਾ ਆ ਥਿੰਕਿੰਗ ਦਾ, ਮੈਂਟੈਲਿਟੀ ਦਾ, ਬੋਲਣ ਦਾ, ਵਲੋਗ ਹੀ ਸਹੀ ਮੰਨ ਲਓ ਕਿ ਚਲੋ ਠੀਕ ਆ ਤੁਹਾਡੀ ਗੱਲ ਮੰਨ ਲੈਣੇ ਕਿ ਚਲੋ ਕਿ ਵਲੋਗ ਆ, ਮਤਲਬ ਕਿ ਪ੍ਰੈਂਕ ਆ, ਪ੍ਰੈਂਕ 'ਚ ਕਿ ਹਾਂ ਵੇਖਦੇ ਡੈਡੀ ਗਾਲਾਂ ਕੱਢੂਗੇ ਉਹਨੂੰ ਕਿ ਹਾਂ ਨਹੀਂ ਮਾਂ ਭੈਣ ਦੀਆਂ, ਆਹ ਕਿਹੜੇ ਪ੍ਰੈਂਕ ਹੋਏ, ਤੁਹਾਡੇ ਘਰੇ ਕਿਸੇ ਨੇ ਆਪਣੀ ਧੀ ਦਿੱਤੀ ਆ, ਉਹਦਾ ਕੀ ਕਰਨ ਡੇ ਕਿ ਹਾਂ ਮਾਂ ਭੈਣ ਦੀ ਗੱਲ ਕੱਢਣ ਡੇ, ਅਤੇ ਹੁਣ ਨਾਮ ਦੇਣ ਡੇ ਉਸ ਚੀਜ਼ ਨੂੰ ਕਵਰ ਅਪ ਕਰਨ ਦਾ ਕਿ ਇਟ ਵਾਜ਼ ਅ ਪ੍ਰੈਂਕ। ਰੱਬ ਤੁਹਾਡਾ ਇਹੋ ਜਿਹੇ ਪ੍ਰੈਂਕ ਕਰਾਉਂਦਾ ਰਹੇ ਅਤੇ ਤੁਸੀਂ ਡਿਜ਼ਰਵ ਕਰਦੇ ਅਗਰ ਚੀਜ਼ ਝੂਠੀਆਂ ਹੀ ਬੋਲਣੀਆਂ ਹੈਗੀਆਂ। ਕਿ ਆਪਣੇ ਪੰਜਾਬ ਵਾਲੀ ਮੰਮੀ ਕੇ ਉੱਪਰ ਕਿਹਾ ਥਾ ਔਰ ਜਿਸ ਪੀਛੇ ਆਡੀਓ ਮੇਰੇ ਸਾਹਮਣੇ ਆਈ ਉਸ ਦਿਨ ਉਨਕੋ ਲਿਟਰਲੀ ਉਨਕਾ ਅੰਤਿਮ ਸੰਸਕਾਰ ਵਾਲੇ ਦਿਨ ਕੀ ਮੈਂ ਬਾਤ ਕਰ ਰਹਾ ਹੂੰ, ਜਿਸ ਦਿਨ ਮੁਝੇ ਪਤਾ ਲੱਗਾ ਕਿ ਕੋਈ ਆਡੀਓ ਹੈ ਪਾਪਾ ਕੀ ਔਰ ਆਪਕੀ ਔਰ ਮਾਂ ਕੀ ਔਰ ਖੁਸ਼ੀ ਕੀ ਜਿਸ ਮੈਂ ਸਭ ਲੋਕ ਆਪ ਲੋਕ ਬੋਲ ਰਹੇ ਹੋ। ਸੋ ਮੈਂ ਇੱਕਦਮ ਸੇ ਰਿਅਲਾਈਜ਼ ਕਰਿਆ ਯਾਰ ਐਸੀ ਆਡੀਓ ਮੰਮੀ ਕੇ ਸਾਥ ਵੀ ਵੀਡੀਓ ਬਣਾਈ ਸੀ ਆਪਣੇ ਪੰਜਾਬ ਵਾਲੀ ਮੰਮੀ ਜਬ ਬੋਂਬੇ ਥੀ, ਮਗਾ ਐਸੇ ਤੋਂ ਲੋਕ ਅਗਰ ਕਰਨੇ ਪਏ ਔਰ ਮੇਰੀ ਉਹ ਵੀਡੀਓ ਉਠਾ ਕੇ ਕੋਂਟਰੋਵਰਸੀ ਕੀ ਮੇਰੀ ਕੋਂਟਰੋਵਰਸੀ ਵੀਡੀਓ ਉਠਾ ਕੇ ਮੇਰੇ ਮਤਲਬ ਡਾਲ ਰਹੇ ਕਿ ਮੈਂ ਇਹ ਸਭ ਚੀਜ਼ਾਂ ਖੁਸ਼ੀ ਕੋ ਬੋਲ ਰਹਾ ਹੂੰ ਔਰ ਬਾਈ ਮੁਝੇ ਇਤਨਾ ਫੁਲਿਸ਼ ਲੱਗ ਰਿਹਾ ਹੈ ਔਰ ਮਤਲਬ ਐਸਾ ਨਹੀਂ ਕਿ ਸਭ ਲੋਕ ਨਹੀਂ ਲੋਕਾਂ ਨੇ ਪਹਿਚਾਣ ਲਈ ਤੇ ਉਸਮੈਂ ਆਪਣੇ ਜੈਕਟ ਡਾਲ ਰੱਖੀ ਸੀ ਕਿ ਨਹੀਂ ਨਹੀਂ ਇਹ ਤਾਂ ਆਪਕੀ ਵੀਡੀਓ ਵਿੰਟਰ ਵਿੰਟਰ ਕੀ ਕੋਈ ਵੀਡੀਓ ਥੀ ਪੁਰਾਣੀ ਵੀਡੀਓ ਹੈ। ਅਰਜਨ ਢਿੱਲੋਂ ਬਾਈ ਦਾ ਗਾਣਾ ਸੀ ਕਿ ਤਾਂ ਹੀ ਲੋਕੀ ਹੀਰ ਨਾਮ ਨਹੀਂ ਰੱਖਦੇ ਧੀਆਂ ਦਾ ਕਿ ਹਾਂ ਚੀਜ਼ਾਂ ਵੱਖਰੀਆਂ ਹੁੰਦੀਆਂ ਪਰ ਧੀਆਂ ਨੂੰ ਵੱਖਰਾ ਹੋਇਆ ਪਿਆ। ਇੱਧਰ ਜਿਹੜੀ ਬੈਠੀ ਹੈ ਵਲੌਗ 'ਚ ਮੰਮੀ ਮਾਮੀ ਪਿਆਰੀ ਮੰਮੀ ਸਾਸੂ ਮਾਂ ਜੇ ਉਹ ਆਪਣੀ ਮੰਮੀ ਨੂੰ ਪੰਜਾਬ ਵਾਲੀ ਮੰਮੀ ਪੰਜਾਬ ਬਰੋ ਕੀ ਇਹ ਕੀ ਕੋਈ ਰੈਫਰੈਂਸ ਖੁਸ਼ੀ ਦੀ ਮੰਮੀ ਇਹ ਚੀਜ਼ਾਂ ਪਰ ਨਹੀਂ ਚੰਗਾ ਲੱਗਦਾ ਨਾ ਰੈਫਰੈਂਸ ਦੇਣੀ ਪੰਜਾਬ ਵਾਲੀ ਮੰਮੀ ਅਸੀਂ ਉਹਨਾਂ ਪ੍ਰੈਂਕ ਕਰ ਲਿਆ ਸੀਗਾ ਫਿਰ ਮੇਰੇ ਦਿਮਾਗ 'ਚ ਉਦੋਂ ਕਿੰਨੀਆਂ ਗੱਲਾਂ ਆ ਬਰੋ ਤੁਹਾਡੀਆਂ ਜਿਹੜੀਆਂ ਕੌਂਟਰੋਵਰਸੀ ਸੀਗੀਆਂ ਨਾ ਸਮਝ ਆਉਂਦੀ ਲੇਕਿਨ ਇੱਕ ਸੈਕਿੰਡ ਗਰਮੀ ਜੈਕਟ ਆ ਪਰ ਕੋਈ ਨਹੀਂ ਘੁੰਮਦਾ ਬਸ ਸਹੀ ਹੈ ਉਸ ਚੀਜ਼ ਨੂੰ ਮੈਂ ਅਸੈਪਟ ਕਰਦਾ ਕਿ ਹਾਂ ਲੋਕਾਂ ਨੇ ਵਿਊਆਂ ਪਿੱਛੇ ਬਹੁਤ ਕੁਛ ਕੀਤਾ ਪਰ ਉਮੀਦ ਸੀਗੀ ਕਿ ਹਾਂ ਤੁਸੀਂ ਅਗਰ ਵਧੀਆ ਵਲੋਗਰ ਹੈਗੇ ਆ ਜਾਂ ਤੁਹਾਨੂੰ ਕੋਈ ਰੈਪੂਟੇਸ਼ਨ ਮਿਲੀ ਹੈ ਇਸ ਚੀਜ਼ ਦੀ ਕਿ ਹਾਂ ਤੁਸੀਂ ਕੁਛ ਚੀਜ਼ ਰੀਪ੍ਰਜੈਂਟ ਕਰਦੇ ਪਏ ਉਹਨੂੰ ਦਿਖਾਓ ਲੋਕਾਂ ਨੂੰ ਫੁੱਦੂ ਬਣਾਈ ਜਾਣਾ ਜੀ ਇਹ ਵੋ ਤੁਸੀਂ ਕਹਿੰਦੇ ਜਵਾਬ ਦੇਵਾਂਗੇ ਦੋ ਜਵਾਬ ਹੁਣ ਕਿ ਹਾਂ ਆਹ ਵਲੋਗ ਜਾਂ ਕੁੜੀ ਕਰੋ ਅੱਗੇ ਨਵਘੋਤਰਾ ਜਾਂ ਕਰੋ ਕਿ ਹਾਂ ਹੁਣ ਇੱਦਾਂ ਕਿਉਂ ਕਿਹਾ ਕਿਉਂ ਉਸ ਕੁੜੀ ਨੇ ਦੱਸਿਆ ਉਹ ਕੁੜੀ ਨੇ ਆਹ ਇੱਕ ਵੀਡੀਓ ਆ ਰਹੀ ਹੋਣੀ ਆ ਖੁਸ਼ੀ ਪੰਜਾਬਣ ਦੀ ਆਹ ਵੀਡੀਓ ਮੇਰੇ ਤੱਕ ਕਿੱਦਾਂ ਪਹੁੰਚ ਗਈ ਉਹਦੇ ਨਾਲ ਰਹਿੰਦੀ ਨਾ ਕੁੜੀ ਐਕਟਿਵ ਵੱਡੀ ਹੈੱਡਫੋਨ ਲੈ ਕਹਿੰਦੀ ਬਹੁਤ ਘਬਰਾਈ ਰਹਿੰਦੀ ਦੀਦੀ ਬਹੁਤ ਦੁਖੀ ਰਹਿੰਦੀ ਆ ਯੇ ਵੋ ਇੱਦਾਂ ਉੱਦਾਂ ਕਿੱਥੋਂ ਆਈਆਂ ਸਭ ਚੀਜ਼ਾਂ ਤੁਹਾਡੇ ਬੰਦਿਆਂ ਨੇ ਦੱਸੀਆਂ ਆ ਹੁਣ ਤੁਸੀਂ ਮੰਨੀਆਂ ਨਹੀਂ ਉਹ ਤੁਹਾਡੀ ਗੱਲ ਵੱਖਰੀ ਹੈ ਮੈਂ ਬੇਲਨ ਮਾਰ ਦੂੰਗੀ ਸੋ ਆਪ ਲੋਕ ਕਮੈਂਟ ਕਰੋ ਨੀਚੇ ਆਪ ਲੋਕੋ ਹੋਰ ਕਿਸ ਕਿਸ ਸਵਾਲ ਕਾ ਜਵਾਬ ਚਾਹੀਏ ਵੈਸੇ ਜੋ ਮੇਜਰ ਸਵਾਲ ਥੇ ਮੁਝੇ ਪਤਾ ਥਾ ਇੱਕ ਆਡੀਓ ਕੋ ਲੇਕਰ ਕੇ ਥਾ ਇੱਕ ਹਮਾਰੇ ਡਾਈਵੋਰਸ ਕੋ ਲੇਕੇ ਇੱਕ ਡੈਥ ਕੋ ਲੇਕਰ ਕੇ ਮੈਂ ਕਹਤਾ ਹੂੰ ਜੋ ਹਮਾਰੇ ਵੀਕੇ ਫੈਮ ਹੈ ਉਨਕੇ ਲਈ ਬਹੁਤ ਸਾਰਾ ਪਿਆਰ ਕਮੈਂਟ ਤਾਂ ਨਹੀਂ ਕਰਨਾ ਯਾਰ ਪਤਾ ਕੀ ਚੱਕਰ ਆ ਤੁਸੀਂ ਕਮੈਂਟ ਦੇਖਣ ਤਾਂ ਹੈ ਨਹੀਂ ਜੇ ਤੁਸੀਂ ਸਵਾਲ ਆਪਣੀ ਵੀਡੀਓ 'ਚ ਪੁੱਛਿਆ ਮੈਂ ਆਪਣੀ ਵੀਡੀਓ 'ਚ ਦੱਸਦਾ ਪਿਆ ਸਵਾਲ ਸਿੰਪਲ ਇਹ ਹੈ ਕਿ ਉਹ ਕੁੜੀ ਨੇ ਇਹੋ ਜਿਹਾ ਕਿਉਂ ਕਿਹਾ ਦੂਜੀ ਗੱਲ ਆਡੀਓ ਵਾਇਰਲ ਸੀਗੀ ਉਹਦੀ ਵੀਡੀਓ ਦਿਖਾਓ ਪ੍ਰੋਪਰ ਪ੍ਰੈਂਕ ਦੀ ਪੁਰਾਣੀ ਸੇਮ ਡਾਇਲੋਗ ਕਿਉਂਕਿ ਓਬਵੀਅਸ ਆ ਵੀਡੀਓ ਬਣੀ ਹੋਣੀ ਨਾ ਉਸ ਚੀਜ਼ ਦੀ ਤੁਹਾਨੂੰ ਗਾਲਾਂ ਖਾਂਦਿਆਂ ਦੀ ਸੇਮ ਚੀਜ਼ ਦਿਖਾਓ ਤੁਹਾਡੇ ਕੋਲ ਡਾਟਾ ਪਿਆ ਨਾ ਉਸ ਚੀਜ਼ ਦਾ ਉਹ ਦਿਖਾ ਦਿਓ ਲੋਕਾਂ ਨੂੰ ਕਿਹਾ ਦੇਖੋ ਜੀ ਪ੍ਰੈਂਕ ਵੀਡੀਓ ਸੀ ਉਹਦੀ ਸਿਰਫ ਆਡੀਓ ਯੂਜ਼ ਕੀਤੀ ਗਈ ਆ ਅਸੀਂ ਵੀਡੀਓ ਹਜੇ ਪਬਲਿਸ਼ ਨਹੀਂ ਕੀਤੀ ਸੀ ਸਾਨੂੰ ਪਤਾ ਲੱਗ ਗਿਆ ਕਿਹੜੇ ਬੰਦੇ ਨੇ ਕੱਢੀ ਉਹ ਬੰਦਾ ਅੱਗੇ ਕਰੋ ਉਸ ਤੋਂ ਬਾਅਦ ਇਹ ਚੀਜ਼ਾਂ ਕਰੋ ਕਿ ਹਾਂ ਤੁਹਾਡੀ ਲੜਾਈ ਨਹੀਂ ਹੋਈ ਸੀ ਪੁਰਾਣੀਆਂ ਚੈਟਾਂ ਦਿਖਾ ਦਿਓ ਕਿ ਅਸੀਂ ਰੋਜ਼ ਗੱਲਾਂ ਕਰਦੇ ਸੀਗੇ ਓਬਵੀਅਸਲੀ ਰੀਲਾਂ ਸ਼ੇਅਰ ਕਰਦੇ ਹੋਵੋਗੇ ਕੰਟੈਂਟ ਬਣਾਉਂਦੇ ਹੋਵੋਗੇ ਵਿਦ ਡੇਟ ਦਿਖਾ ਦਿਓ ਆਈਫੋਨ ਰੱਖੇ ਨਾ ਡੇਟਾਂ ਵਿੱਚ ਆ ਜਾਂਦੇ ਆ ਵੀਡੀਓ ਪੁਰਾਣੀ ਵੀਡੀਓ ਹੈ ਉਸਕੇ ਬਾਅਦ ਜੈਸੇ ਮੰਮੀ ਕੇ ਵੀ ਹਮ ਪੰਜਾਬ ਵਾਲੀ ਮੰਮੀ ਕੋ ਉਠਾ ਲਏ ਅਗਰ ਆਧਾ ਉਠਾ ਲਏ ਜਿਸ ਮੈਂ ਆਪਣੇ ਬਤਾਇਆ ਨਹੀਂ ਮੰਮੀ ਹਮ ਪ੍ਰੈਂਕ ਕਰ ਰਹੇ ਹੋ ਸੋ ਮੰਮੀ ਕਹਿ ਰਹੀ ਮੈਂ ਬੇਲਨ ਮਾਰ ਦੂੰਗੀ ਸੋ ਆਪ ਲੋਕ ਕਮੈਂਟ ਕਰੋ ਨੀਚੇ ਆਪ ਲੋਕੋ ਹੋਰ ਕਿਸ ਕਿਸ ਸਵਾਲ ਕਾ ਜਵਾਬ ਚਾਹੀਏ ਵੈਸੇ ਜੋ ਮੇਜਰ ਸਵਾਲ ਥੇ ਮੁਝੇ ਪਤਾ ਥਾ ਇੱਕ ਆਡੀਓ ਕੋ ਲੇਕਰ ਕੇ ਥਾ ਇੱਕ ਹਮਾਰੇ ਡਾਈਵੋਰਸ ਕੋ ਲੇਕੇ ਇੱਕ ਡੈਥ ਕੋ ਲੇਕਰ ਕੇ ਮੈਂ ਕਹਤਾ ਹੂੰ ਜੋ ਹਮਾਰੇ ਵੀਕੇ ਫੈਮ ਹੈ ਉਨਕੇ ਲਈ ਬਹੁਤ ਸਾਰਾ ਪਿਆਰ ਪੂਰੀ ਚੌਧਰੀ ਫੈਮਿਲੀ ਕੀ ਤਰਫ ਸੇ ਅਬ ਬਲੌਗ ਡਲ ਰਿਹਾ ਹੈ ਵੀਕੇ ਫੈਮ ਪੂਰਾ ਖੁਸ਼ ਹੈ ਸਭ ਕੁਝ ਠੀਕ ਹੈ ਡਰੋ ਮਤ ਕੁਝ ਨਹੀਂ ਹੋਗਾ ਡਰ ਦਾ ਮਾਹੌਲ ਕਿਹੜੇ ਬਣਾਣਾ ਆਂਟੀ ਜੀ ਕਿਹੜੇ ਗੱਲ ਤੋਂ ਡਰਨਾ ਤੁਸੀਂ ਕੀ ਰਾਤੀ 12 ਵਜੇ ਤੋਂ ਬਾਅਦ ਭੂਤ ਵਾਲੀ ਕਹਾਣੀਆਂ ਸੁਣਨੇ ਬਲੌਗਾਂ 'ਚ ਨਹੀਂ ਨਾ ਕਿਸ ਗੱਲ ਤੋਂ ਡਰਨਾ ਡਰੇ ਤੁਸੀਂ ਪਏ ਹੋ ਤੁਹਾਡੀ ਫੈਮਿਲੀ ਦੀ ਜਿਹੜੀ ਇਮੇਜ ਖਰਾਬ ਹੋਈ ਡਰੇ ਤੁਸੀਂ ਉਸ ਚੀਜ਼ ਤੋਂ ਪਏ ਹੋ ਆਪਣੇ ਨੂੰ ਪੋਜ਼ਿਟਿਵ ਰੱਖੋ ਵਧੀਆ ਹੋ ਗਿਆ ਹੁਣ ਮੈਂ ਸਿੰਪਲ ਜੀ ਗੱਲ ਦੱਸਦਾ ਮੋਸਟਲੀ ਜਿਹੜੇ ਯੂਟਿਊਬਰ ਆ ਗੱਲ ਸ਼ੇਅਰ ਨਹੀਂ ਕਰੂਗੇ ਕਦੀ ਵੀ ਮੈਂ ਸਿੰਪਲ ਗੱਲ ਕਹਿੰਦਾ ਮੈਂ ਉਹ ਚੀਜ਼ਾਂ ਦੇਖੀਆਂ ਆ ਮੈਂ
ਜਿੱਥੇ ਜੋਬਸ ਕਰਦਾ ਸੀ ਪਹਿਲਾਂ ਮੈਂ ਪੁਰਾਣੇ ਯੂਟਿਊਬ ਤੋਂ ਪਹਿਲਾਂ ਮੈਂ ਵਧੀਆ ਫੈਮਿਲੀ ਤੋਂ ਬਿਲੋਂਗ ਕਰਦਾ ਹਾਂ, ਇਹ ਨਹੀਂ ਕਿ ਹਾਂ ਕਿ ਅਸੀਂ ਕਿਸੇ ਚੀਜ਼ ਤੋਂ ਤਰਸੇ ਹਾਂ, ਘਰੇ ਚਾਰ ਪੰਜ ਗੱਡੀਆਂ ਖੜੀਆਂ, ਮੇਰੇ ਆਪਣੀ ਕਮਾਈ ਦੀ ਨਹੀਂ, ਘਰ ਦੇ ਕਮਾਈ ਦੀ ਆਪਣੀ ਹੈਗੀ, ਮੇਰੀ ਆਪਣੀ ਕਮਾਈ ਦੀ ਇੱਕੋ ਗੱਡੀ ਆ, ਹਰ ਕੁਛ ਹੈਗਾ ਸਾਡੇ ਕੋਲ, ਸਾਰਾ ਕੁਛ ਹੈਗਾ, ਬਟ ਮੈਂ ਫੇ ਵੀ 18 ਸਾਲ ਤੋਂ ਬਾਅਦ ਜਦੋਂ ਹੋਇਆਗਾ ਮੈਂ ਆਪਣੇ ਚੂਜ਼ ਕੀਤਾ ਗਾ, ਕਦੀ ਮੈਂ ਸੋਚਿਆ ਕਿ ਨਹੀਂ ਮੈਂ ਆਪਣੇ ਪੈਸੇ ਕਮਾਉਣੇ, ਮੈਂ ਇਮੀਗ੍ਰੇਸ਼ਨ ਆਫਿਸ ਵੀ ਲੱਗਾ ਹੈਗਾ, ਮੈਂ ਟੈਕਸੀ ਵੀ ਚਲਾਈ ਆ ਲੌਂਗ ਰੂਟ 'ਤੇ, ਮੈਂ BPO ਵੀ ਲੱਗਾ ਸੀ ਏਅਰਟਲ ਵਾਲੇ ਦੇ, ਸਵਿਗੀ ਜ਼ੋਮੈਟੋ ਵੀ ਕੀਤਾ ਹੋਇਆ, ਜਿਹੜੇ ਮੈਨੂੰ ਜਲੰਧਰ ਜਾਣਦੇ ਕਈਆਂ ਨੂੰ ਪਤਾ ਹੋਣਾ ਕਿਸ ਚੀਜ਼ ਦਾ, ਬਾਕੀ ਮੇਰੇ ਗੱਲਾਂ ਦੇ ਉੱਪਰ ਮੈਂ ਪਹਿਲਾਂ ਵੀ ਗੱਲਾਂ ਸ਼ੇਅਰ ਕੀਤੀਆਂ ਹੋਈਆਂ, ਮੈਂ ਉਸ ਤੋਂ ਬਾਅਦ ਜਦੋਂ ਯੂਟਿਊਬ ਸ਼ੁਰੂ ਕੀਤਾ ਨਾ ਵਧੀਆ ਪੈਸੇ ਅਰਨ ਹੋਣ ਲੱਗ ਪਏ, ਬਟ ਕਦੀ ਵੀ ਮੈਂ ਉਹ ਚੀਜ਼ ਨਹੀਂ ਭੁੱਲਿਆ ਮੇਰੀ ਰੂਟਸ ਕਿੱਥੋਂ, ਕਿ ਮੈਂ ਕੀ ਦੇਖਿਆ ਪਹਿਲਾਂ, ਅੱਜ ਜਿਹੜੀ ਚੀਜ਼ 'ਤੇ ਮੈਂ 1 ਲੱਖ ਰੁਪਏ ਵੀ ਖਰਚ ਦਿੰਦਾ ਉਹ ਚੀਜ਼ ਤੋਂ ਮੈਂ ਪਹਿਲਾਂ ਕਦੀ ਸੋਚਦਾ ਹੁੰਦਾ ਸੀ ਕੀ ਕਰਾਂ, ਅਤੇ ਉਸ ਚੀਜ਼ ਦਾ ਮੈਂ ਸ਼ੁਕਰ ਗੁਜ਼ਾਰ ਰੱਬ ਦਾ ਕਿ ਹਾਂ ਇੰਨੇ ਜੋਗੇ ਕੀਤਾ, ਮੈਂ ਉਸ ਚੀਜ਼ ਨੂੰ ਅਸੈਪਟ ਕਰੋ ਨਾ ਕਿ ਹਾਂ ਆਪਾਂ ਯਾਰ ਜਦੋਂ ਮੇਰੇ ਕੋਲ ਪੈਸੇ ਆਉਣ ਡੇ ਆ, ਜਾਂ ਤੁਹਾਡੇ ਕੋਲ ਵੀ ਜਦੋਂ ਪੈਸੇ ਆਊਗੇ ਨਾ, ਜਦੋਂ ਤੁਹਾਡਾ ਲਾਈਫ ਸਟਾਈਲ ਬਣਨਾ ਤੁਹਾਨੂੰ ਹਰ ਮਹੀਨੇ ਲੱਗੀ ਜਾਣਾ ਕਿ ਹਾਂ ਨਹੀਂ ਆਪਾਂ ਇਹ ਚੀਜ਼ਾਂ ਕਰੀਏ, ਆਪਾਂ ਹੋਰ ਪੈਸੇ ਕਮਾਈਏ, ਆਪਾਂ ਹੋਰ ਸ਼ੌਂਕ ਪੂਰੇ ਕਰੀਏ, ਹੁਣ ਜਿੱਦਾਂ ਮੇਰਾ ਯੂਟਿਊਬ ਆ, ਜਦੋਂ ਤੱਕ ਮੇਰਾ ਕੋਈ ਦੂਜਾ ਬਿਜ਼ਨਸ ਨਹੀਂ ਸਟਾਰਟ ਹੋਇਆ ਨਾ, ਇੱਦਾਂ ਤਾਂ ਕਿ ਜਿੱਥੋਂ ਮੈਨੂੰ ਸੇਮ ਅਰਨਿੰਗ ਉਸ ਤੋਂ ਵੱਧ ਅਰਨਿੰਗ ਆਉਣ ਡੀ ਆ, ਉਦੋਂ ਤੱਕ ਮੈਂ ਯੂਟਿਊਬ ਨੂੰ ਕਦੀ ਲਾਈਟਲੀ ਨਹੀਂ ਲੈ ਸਕਦਾ, ਭਾਵੇਂ ਜਿੰਨਾ ਮਰਜ਼ੀ ਕਹੋਗੇ ਸਾਨੂੰ ਫਰਕ ਨਹੀਂ ਪੈਂਦਾ, ਹਰ ਇੱਕ ਬੰਦੇ ਨੂੰ ਫਰਕ ਪੈਂਦਾ, ਅਤੇ 4 ਮਹੀਨਿਆਂ ਬਾਅਦ ਇਹਨਾਂ ਨੂੰ ਫਰਕ ਪਿਆ ਆ, ਤਾਂ ਹੀ ਇੱਥੇ ਆਏ ਆ ਸਫਾਈਆਂ ਦੇਣ, ਨਹੀਂ ਤਾਂ ਘਰ ਚੱਲਦੇ ਸੌਖੇ ਤਾਂ ਫਿਰ ਭੈਣ 'ਚੋਂ ਕੋਈ ਚੱਕਰ ਨਹੀਂ, ਇਹਨਾਂ ਦੇ ਘਰ ਵੀ ਰਾਸ਼ਨ ਜੋਗੇ ਤਾਂ ਪੈਸੇ ਹੈਗੇ ਆ, ਜਾਂ ਫੈਮਿਲੀ ਵਧੀਆ ਹੈਗੀ ਰਾਸ਼ਨ ਚਲਾ ਸਕਦੀ ਆ, ਲਾਈਫ ਸਟਾਈਲ ਨਹੀਂ ਮਿਲਣਾ, ਯੂਟਿਊਬ ਪੈਸਾ ਦਿੰਦਾ ਯਾਰ ਕਿੱਥੋਂ ਆਉਣਾ, ਹੁਣ ਸੋਸ਼ਲ ਮੀਡੀਆ ਤੋਂ ਕਮਾਉਂਦੇ ਠੀਕ ਆ, ਦੈਟਸ ਨੋਟ ਅ ਬੈਡ ਥਿੰਗ, ਸੋਸ਼ਲ ਮੀਡੀਆ ਤੋਂ ਕਮਾਉਣਾ ਸੌਖਾ ਲੱਗਦਾ ਤਾਂ ਸਾਰੇ ਇਨਫਲੂਐਂਸਰ ਹੁੰਦੇ, ਸਾਰੇ ਨਹੀਂ ਕਮਾ ਰਹੇ ਨਾ, ਜਿਹੜੇ ਲੋਕ ਕਮਾ ਰਹੇ ਕੁਛ ਨਾ ਕੁਛ ਤਾਂ ਉਹਨਾਂ ਨੇ ਕੀਤਾ ਆ, ਇਹਨਾਂ ਚੀਜ਼ਾਂ ਨੂੰ ਅਸੈਪਟ ਕਰਨਾ ਸਿੱਖੋ, ਲੋਕਾਂ ਨੂੰ ਸਮਝਣਾ ਚਾਹੀਦਾ ਕਿ ਵਲੋਗਰ ਨੂੰ ਵਲੋਗਰ ਵਾਂਗੂ ਦੇਖੋ, ਕਮੈਂਟਾਂ ਵਿੱਚ ਪਾਗਲ ਨਾ ਹੋ ਜਾ ਕਰੋ, ਇਹਨਾਂ ਪਿੱਛੇ ਲੜਨ ਨਾਲ ਲੱਗ ਪਿਆ ਕਰੋ, ਕੋਈ ਵੀ ਬੰਦਾ ਹੋਵੇ ਕੋਈ ਵੀ, ਮੈਂ ਵੀ ਕਹਾਂ ਕਦੀ ਨਹੀਂ ਮੰਨਣੀ, ਤੁਸੀਂ ਅਗਰ ਦੇਖ ਰਿਹਾ ਸੋਰਸ ਆਫ ਇੰਟਰਟੇਨਮੈਂਟ ਲਈ ਦੇਖੋ, ਅਗਰ ਤੁਹਾਨੂੰ ਕੋਈ ਗੱਲ ਸਮਝ ਆ ਰਹੀ ਹੈ ਦੇਖੋ, ਨਹੀਂ ਸਮਝ ਆ ਰਹੀ ਤਾਂ ਛੱਡੋ, ਬਟ ਉਸ ਚੀਜ਼ ਨੂੰ ਐਡਮਾਇਰ ਨਾ ਕਰੋ, ਜੋ ਤੁਹਾਡੇ ਪੇਰੈਂਟਸ ਨੇ ਤੁਹਾਡੇ ਲਈ ਕੀਤਾ ਆ, ਜੋ ਉਹਨਾਂ ਨੇ ਕਮਾਇਆ ਤੁਹਾਡੇ ਲਈ, ਜੋ ਤੱਕ ਤੁਹਾਨੂੰ ਵੱਡੇ ਪੜ੍ਹੇ ਪੜ੍ਹਾ ਲਿਖਾ ਕੇ ਵੱਡੇ ਕੀਤਾ ਆ, ਉਹਨਾਂ ਦੀ ਕਦਰ ਕਰੋ, ਉਹਨਾਂ ਤੋਂ ਇੰਸਪਾਇਰ ਹੋ, ਉਹਨਾਂ ਤੋਂ ਸਿੱਖੋ ਕਿ ਕੀ ਕਰਨਾ ਕਿਵੇਂ ਨਹੀਂ, ਆ ਬਲੋਗਰਾਂ ਨੇ ਕੁਛ ਨਹੀਂ ਦੱਸਣਾ, ਮੈਂ ਵੀ ਕੁਛ ਨਹੀਂ ਦੱਸਣਾ, ਮੈਂ ਇੰਟਰਟੇਨ ਕਰ ਸਕਦਾ ਤੁਹਾਨੂੰ ਕਦੀ ਕਦੀ ਫੈਕਟਫੁਲ ਗੱਲਾਂ ਕਰ ਸਕਦਾ, ਪਰ ਇਸ ਤੋਂ ਬਾਅਦ ਤੁਸੀਂ ਕਹੋਗੇ ਕਿ ਹਾਂ ਨਹੀਂ ਅਸੀਂ ਕਰਨ ਨੂੰ ਮੈਸੇਜ ਕਰਤਾ ਜੀ ਇਹ ਹੈਲਪ ਹੋ ਜੂਗੀ, ਨਹੀਂ ਯਾਰ ਮੇਰੀ ਵੀ ਫੈਮਿਲੀ ਹੈਗੀ ਆ, ਸਾਰੀ ਚੀਜ਼ਾਂ ਹੈਗੀਆਂ, ਬਟ ਤੁਸੀਂ ਵੀ ਇੱਕ ਪਰਿਵਾਰ ਵਾਂਗੂ ਸਮਝਦਾਰ ਬਣੋ, ਅਤੇ ਇਹੋ ਜਿਹੇ ਘੂਸਿਆਂ ਤੋਂ ਦੂਰ ਰਹੋ, ਬਾਕੀ ਸਵਾਲ ਜਿਹੜੇ ਪੁੱਛੇ ਸੀ ਜਵਾਬ ਮਿਲ ਜਾਣਗੇ ਤਾਂ ਠੀਕ ਆ, ਨਹੀਂ ਤਾਂ ਅੱਜ ਦੀ ਲਾਸਟ ਵੀਡੀਓ ਹੋ ਗਈ ਇਹ ਕਿ ਕੋਈ ਚੱਕਰ ਨੇ ਕੀ ਹੈ, ਹੁਣ ਬਾਅਦ ਚੋਂ ਗੱਲ ਹੋਰ ਕਿਸੇ ਟੋਪਿਕ 'ਤੇ ਵਹਿਰਾਂਗੇ, ਲੋਕਾਂ ਨੂੰ ਪਾਗਲ ਬਣਾਉਣਾ ਬੰਦ ਕਰੋ, ਅਤੇ ਰੁਕੋ 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 ਜਾਓ ਨਾ, ਬਾਕੀ ਇੱਕ ਗੱਲ ਹੋਰ, ਅਗਰ ਇੱਕਦਮ ਤੁਹਾਨੂੰ ਮੇਰੀ ਸ਼ਕਲ ਸੁੱਤੇ ਉੱਠੇ ਵਾਲੀ ਲੱਗੀ ਜਾਣ ਦੀ, ਤਾਂ ਆਹ ਵੀਡੀਓ ਮੈਂ ਰਾਤੀ ਜਿਹੜੀ ਬਣਾਈ ਸੀ ਨਾ ਉਹਦੇ ਵਿੱਚ ਕੁਛ ਪਾਰਟ ਥੋੜ੍ਹੇ ਜਿਹੇ ਖਰਾਬ ਹੋ ਗਏ ਸੀਗੇ, ਸੋ ਚੀਜ਼ ਕਲੀਅਰ ਕਰਨ ਲੱਗਾ ਕਿ ਜਿਹੜੀ ਫੋਟੋ ਆ ਰਹੀ ਆ ਇਹਦੇ ਵਿੱਚ ਆ ਖੁਸ਼ੀ ਨੇ ਕੇਸ ਕੀਤਾ ਸੀਗਾ ਵਿਵੇਕ ਦੀ ਫੈਮਿਲੀ ਉੱਪਰ ਡੋਮੈਸਟਿਕ ਵਾਇਲੈਂਸ ਦਾ ਅਤੇ ਡੋਰੀ ਦਾ, ਅਗਰ ਤੁਸੀਂ ਇਕੱਠੇ ਸੀਗੇ ਤਾਂ ਆਹ ਚੀਜ਼ਾਂ ਕਿੱਥੋਂ ਆ ਗਈਆਂ, ਇਹ ਚੀਜ਼ਾਂ ਤੁਹਾਡੇ ਉਹ ਡਾਕੂਮੈਂਟ ਜਿਹੜੇ ਵੈਲਿਡ ਆ ਔਨਲਾਈਨ ਬੋਲਦੇ ਵੀ ਆ, ਆਹ ਵਿਵੇਕ ਭਾਈ ਬੈਠੇ ਠਾਣੇ 'ਚ ਕਿਉਂ ਬੈਠੇ ਆ, ਇਹ ਹੁਣ ਦੀ ਫੋਟੋ ਆ ਨਾ, ਕੀ ਗੱਲ ਹੋ ਗਈ ਸੀ, ਗੁਆਚ ਗਿਆ ਸੀ ਪੈਨ ਪੈਨਸਲ ਕਿ ਉੱਥੇ ਕੰਪਲੇਂਟ ਕਰਾਉਣ ਚਲ ਗਏ ਸੀ, ਚੰਡੀਗੜ੍ਹ ਦੇ ਵਿੱਚ ਵੀ ਕੰਪਲੇਂਟ ਕਿਸੇ ਚੀਜ਼ ਦੀ ਹੋਈ ਪਈ ਆ, ਕਹਿੰਦੇ ਕਿ ਕਿਸੇ ਦੇ ਮੁੰਬਈ 'ਚ ਕੋਈ ਫਰੈਂਡ ਵੀ ਰਹਿੰਦੀ ਆ, ਗੱਲਾਂ ਬਹੁਤ ਹੈਗੀਆਂ ਨੇ, ਬਟ ਐਟ ਦ ਐਂਡ ਤੁਹਾਨੂੰ ਇੱਕ ਚੀਜ਼ ਸਮਝਾਵਾਂ, ਜਿਹੜੀਆਂ ਚੀਜ਼ਾਂ ਪੇਜਾਂ ਤੋਂ ਵਾਇਰਲ ਹੋਈ ਸੀ ਨਾ ਜਿਹੜੇ ਹਿੰਦੀ ਬੋਲਦੇ ਆ, ਜਾਂ ਜਿਨ੍ਹਾਂ ਦੀ ਚੀਜ਼ਾਂ ਮਤਲਬ ਜਿਹਨਾਂ ਦੇ ਘੱਟ ਸਬਸਕ੍ਰਾਈਬਰ ਆ ਬਟ ਉਹ ਲੀਕ ਹੋ ਰਹੀ ਸੀ, ਇੱਕਦਮ ਵੀਡੀਓ ਬੂਸਟ ਹੋ ਰਹੀਆਂ ਸੀਗੀਆਂ, ਕਿੱਥੋਂ ਆਉਂਦਾ ਸਾਰਾ ਸਮਾਨ, ਕਿੱਥੋਂ ਆਉਂਦਾ, ਇਹ ਆਪ ਕਰਦੇ ਆ, ਇਹ ਜਦੋਂ ਆਪਸ ਸੀਗੇ ਖੁਸ਼ੀ ਬਹੁਤ ਚੰਗੀ ਹੈ ਨਹੀਂ ਕਿ ਇਸ ਚੀਜ਼ਾਂ ਨੂੰ ਲੈ ਕੇ ਕਿ ਹਾਂ ਉਹਨੇ ਕੁਛ ਕੀਤਾ ਨਹੀਂ, ਅੰਜਲੀ ਚੌਧਰੀ ਨਾਮ ਤੋਂ ਕੋਈ ਆਈਡੀ ਬਣਾ ਕੇ ਖੁਸ਼ੀ ਨੇ ਚੈਟਾਂ ਕਰਨੀਆਂ ਦੱਸਣੀਆਂ, ਲੋਕਾਂ ਨੂੰ ਹਿੰਟ ਦੇਣੇ ਫੇਕ ਆਈਡੀ ਬਣਾ ਕੇ ਕੀ ਆ, ਸਾਰੀਆਂ ਚੈਟਾਂ ਆ ਰਹੀਆਂ, ਤੁਸੀਂ ਦੇਖੋ ਸਾਈਡ 'ਤੇ ਸਭ ਚੈਟਾਂ ਆ ਰਹੀਆਂ ਆ, ਇਹ ਚੈਟਾਂ ਵਿੱਚ ਦੱਸਣਾ ਕਿ ਉਹ ਇੱਦਾਂ ਕਰਦੇ ਸੀ, ਉਹ ਇੱਦਾਂ ਕਰਦੇ ਸੀ, ਉਹ ਯੇ ਵੋ ਇਨਕਾ ਇਹ ਹੈ ਅਕਾਊਂਟ ਯੇ ਉਹ, ਮੈਨੂੰ ਲੱਗਾ ਯਾਰ ਨਹੀਂ ਯਾਰ ਇੱਦਾਂ ਨਹੀਂ ਹੋ ਸਕਦਾ, ਇਹ ਤਾਂ ਫੇਕ ਆ, ਇਹ ਤਾਂ ਸਭ ਝੂਠ ਆ, ਪਰ ਹੁਣ ਵਿਦ ਪਰੂਫ ਗੱਲ ਕਰੂੰਗਾ ਚੀਜ਼ ਦੀ ਕਿ ਹਾਂ ਜਿਹੜੀ ਚੀਜ਼ ਦਾ ਕਿ ਹਾਂ ਤੁਸੀਂ ਦੱਸਦੇ ਕਿ ਕਿਸੇ ਨੂੰ ਕਦੀ ਪੜੇ ਨਹੀਂ ਜਾਂਦੇ, ਇਹਨਾਂ ਨੇ ਕੀ ਕੀਤਾ, ਸਾਰਾ ਕੁਛ ਕਰ ਲਿਆ ਲੋਕਾਂ ਨੂੰ ਦੱਸੀ ਕਿ ਫੇਕ ਆਈਡੀਆ ਬਣਾ ਕੇ ਕਿ ਵਿਵੇਕ ਇੱਦਾਂ ਦਾ, ਵਿਵੇਕ ਦੀ ਫੈਮਿਲੀ ਇੱਦਾਂ, ਯੇ ਵੋ ਸਾਰਾ ਕੁਛ, ਬਟ ਇਹ ਵਿਚਾਰੇ ਭੁੱਲ ਗਏ ਕਿ ਹਾਂ ਕਦੀ ਨਾ ਕਦੀ ਜਦੋਂ ਟੋਆ ਪੜ੍ਹਦੇ ਵਿੱਚ ਡਿੱਗਦੇ ਜ਼ਰੂਰ ਆ,
ਇਹਨੇ ਮੈਨੂੰ ਇੱਕ ਮੈਸੇਜ ਕੀਤਾ ਜਦੋਂ ਮੇਰੀ ਵੀਡੀਓ ਪਾਈ ਸੀਗੀ, ਅਤੇ ਇਹਨੇ ਕਿਹਾ ਕਿ ਹਾਂ ਮੇਰੀ ਵੀਡੀਓ ਡਿਲੀਟ ਕਰ ਦਿਉ, ਲੋਕ ਇੱਦਾਂ ਕਰਦੇ ਪਏ ਆ, ਜਾਂ ਮੇਰਾ ਪਾਰਟ ਕਰੋਪ ਕਰ ਦਿਉ। ਮੈਂ ਉਸ ਟਾਈਮ ਦਿੱਲੀ ਸੀਗਾ, ਅਤੇ ਮੈਂ ਕਿਹਾ, ਇਹਨੇ ਮੈਨੂੰ ਕਿਹਾ, ਕਹਿੰਦੀ ਮੈਨੂੰ ਮਿਲ ਆ ਕੇ, ਮੈਂ ਕਿਹਾ ਨਹੀਂ ਮੈਂ ਨਹੀਂ ਮਿਲ ਸਕਦਾ, ਸੋਰੀ ਮੈਂ ਕਿਸੇ ਆਪਣੇ ਕੇਸ ਰਿਲੇਟਡ ਜਾਂ ਕੰਮ ਆਇਆ, ਮੈਂ ਨਹੀਂ ਮਿਲ ਸਕਦਾ। ਇਹਨੇ ਕਿਹਾ ਕਿ ਹਾਂ ਮਿਲ ਕੇ ਗੱਲ ਕਰਦੇ। ਮੈਂ ਕਿਹਾ ਨਹੀਂ ਮੈਂ ਨਹੀਂ ਮਿਲ ਸਕਦਾ, ਮੈਨੂੰ ਨਹੀਂ ਪਤਾ ਕਿਉਂ ਕਿਹਾ ਨੇ, ਕਿਉਂ ਨਹੀਂ, ਨੋਟ ਇਨ ਦਾ ਬੈਡ ਵੇ। ਇਹ ਵੀ ਨਾ ਲੋਕ ਸਮਝਣ ਕਿ ਹਾਂ ਕੁਛ ਹੋਰ, ਨੋਟ ਇਨ ਦਾ ਬੈਡ ਵੇ, ਸਾਡੇ ਪੰਜਾਬ ਦੀ ਕੁੜੀ ਆ, ਸਾਡੀ ਭੈਣ ਵਰਗੀ ਆ, ਭੈਣਾਂ ਵਰਗੀ ਆ, ਪਰ ਭੈਣ ਨਹੀਂ ਹੈਗੀ, ਕੋਈ ਲੱਛਣ ਮਾੜੇ ਆ ਇਸ ਚੀਜ਼ ਦੇ, ਠੀਕ ਆ। ਮਤਲਬ ਕਿ ਮੇਰੇ ਮਨ 'ਚ ਕੋਈ ਸੋਚ ਹੈ ਨਹੀਂ ਇਹਨੂੰ ਲੈ ਕੇ ਇੱਦਾਂ ਦੀ, ਅਤੇ ਮੈਂ ਕਿਹਾ ਮੈਂ ਬਿਜ਼ੀ ਹਾਂ, ਮੈਂ ਇੱਦਾਂ ਉੱਦਾਂ, ਮੈਂ ਟਾਲਦੀ ਗੱਲ। ਉਸ ਤੋਂ ਬਾਅਦ ਮੈਂ ਕਿਹਾ ਸਟੂਡੀਓ ਜਾਊਂਗਾ, ਮੈਂ ਕਰੋਪ ਕਰ ਦੂੰਗਾ। ਮੈਂ ਕਰੋਪ ਨਹੀਂ ਕੀਤਾ ਕਿਉਂਕਿ ਮੈਨੂੰ ਪਤਾ ਲੱਗ ਗਿਆ ਸੀ ਉਦੋਂ ਕਿ ਪਾਗਲ ਬਣਾ ਰਿਹਾ, ਬਸ ਮੈਂ ਵੇਟ ਕਰਦਾ ਪਿਆ ਸੀ ਕਦੋਂ ਤੱਕ ਚੀਜ਼ ਸੈੱਟ ਹੋਵੇ। ਇਹਨੇ ਮੈਨੂੰ ਇੱਕ ਮੈਸੇਜ ਕੀਤਾ, ਉਹੀ ਮੈਸੇਜ ਮੈਨੂੰ ਉਸ ਕੁੜੀ ਦੀ ਆਈ ਡੀ ਦੇ ਉੱਪਰ ਦੁਬਾਰਾ ਮੈਸੇਜ ਸ਼ੋਅ ਹੋ ਗਿਆ। ਹੁਣ ਮੇਰੀ ਤੇਰੀ ਵਟਸਐਪ ਚੈਟ ਆ, ਬਾਹਰ ਕਿੱਦਾਂ ਜਾ ਸਕਦੀ ਆ? ਮੇਰੀ ਫੈਮਿਲੀ ਕੇ ਇਲਾਵਾ ਇਹ ਕਈ ਸੇ ਨੇ, ਆਈ ਡੋਂਟ ਨੋ ਆਪਕੇ ਪਾਸ ਕਹਾਂ ਸੇ ਆਏ, ਕਿਉਂਕਿ ਮੈਨੇ ਆਪਣੇ ਘਰ ਵਾਲੋਂ ਕੋ ਸ਼ੇਅਰ ਕੀਆ ਥਾ ਬਸ। ਬਾਹਰ ਵੀ ਉੱਥੇ ਚੱਲ ਗਈ ਜਿਹੜੀ ਕੁੜੀ ਪਹਿਲੇ ਤੁਹਾਡੀ ਡਿਟੇਲਾਂ ਸ਼ੇਅਰ ਕਰਦੀ ਪਈ ਆ? ਇਹਨੇ ਵਿਚਾਰੀ ਨੇ ਕੀ ਕੀਤਾ, ਆਪਣੇ ਲੋਕ ਦਿਮਾਗ ਹੁਸ਼ਿਆਰੀ ਲਈ ਕਿ ਵਿਵੇਕ ਦੀ ਡਿਫੀਮੇਸ਼ਨ ਕਰ ਦੇਣੀ ਆ, ਯੇ ਵੋ, ਅਤੇ ਵਿਚਾਰੀ ਵੀਰਨ ਨੂੰ ਇਹਨੇ ਇਹ ਵੀ ਦਿਖਾਤਾ ਹੋਣਾ ਕਿਸੇ ਨੂੰ ਪੇਜ ਵਾਲੇ ਨੂੰ ਅੱਗੇ ਕਿ ਕਰਨ ਨੂੰ, ਆਪਾਂ ਮੈਂ ਤਾਂ ਕਰਨ ਨੂੰ ਵੀ ਕਿਹਾ ਸੀ, ਕਰਨ ਇੱਦਾਂ ਨਹੀਂ ਕੀਤਾ। ਵਿਚਾਰੀ ਆਪ ਹੀ ਫਸ ਗਈ, ਅਗਲੇ ਪੇਜ ਵਾਲੇ ਜਾਣਦੇ ਸੀ, ਉਹਨਾਂ ਨੇ ਭੇਜਤਾ ਕਿ ਬਾਈ ਤੂੰ ਆਹ ਕੀ ਗੱਲ ਕੀਤੀ, ਉਹ ਤੇਰੀ ਚੈਟ ਲੀਕ ਕਰਦੀ ਪਈ ਆ, ਤੇਰੀ ਮੇਰੀ ਵਟਸਐਪ ਚੈਟ ਬਾਹਰ ਕਿੱਦਾਂ ਜਾ ਸਕਦੀ? ਇਹ ਸਭ ਡਰਾਮਾ ਆ, ਸਾਰਾ ਕੁਛ ਇੱਥੇ ਆ ਰਿਹਾ। ਵੀ ਪਹਿਲਾਂ ਆਪਣੀ ਮੈਂ ਚੈਟ ਦਿਖਾਈ ਨੋਰਮਲ ਵਾਲੀ, ਬਾਅਦ 'ਚ ਉੱਪਰ ਦੇਖ ਲਓ ਟੈਗ ਕਰਕੇ, ਉੱਥੇ ਉਹ ਚੈਟ ਵੀ ਦਿਖਾਈ ਹੋਈ ਆ ਅੰਜਲੀ ਚੌਧਰੀ ਵਾਲੀ। ਸਭ ਮਿਲ ਕੇ ਪਾਗਲ ਮਾਰੇ, ਕੋਈ ਨਹੀਂ ਅਸੀਂ ਜੀ ਨੈਗੇਟਿਵ ਸੀ, ਇੱਦਾਂ ਨਹੀਂ ਉੱਦਾਂ ਨਹੀਂ। ਬਰਥਡੇ ਪਾਰਟੀਆਂ ਮਨਾ ਹੋ ਰਹੀਆਂ ਤੁਹਾਡੇ ਤੋਂ, ਆ ਬਰਥਡੇ ਪਾਰਟੀ ਵਾਲੀ ਫੋਟੋ ਦੇਖ ਲਓ ਜੀ, ਕਿ ਅਸੀਂ ਬਰਥਡੇ ਪਾਰਟੀ ਮਨਾਉਂਦੇ ਹਾਂ ਜੀ, ਅਸੀਂ ਇੱਦਾਂ ਕਰਦੇ ਹਾਂ ਜੀ। ਉਹ ਅਤੇ ਆਹ ਬਰਥਡੇ 3 ਜੂਨ ਦਾ ਆ, ਉਦੋਂ ਤੁਸੀਂ ਕਹਿੰਦੇ ਕਿ ਅਸੀਂ ਕਿਤੇ ਬਾਹਰ ਨਹੀਂ ਗਏ, ਠੀਕ ਆ। ਬਾਕੀ ਯਾਰ ਬਥੇਰੀਆਂ ਗੱਲਾਂ ਉਹ ਕਰੀ ਦੀ ਹੁੰਦੀਆਂ ਕੈਮਰੇ ਕੇ, ਜਿਹੜੀਆਂ ਸਾਨੂੰ ਬਾਅਦ 'ਚ ਭੁਗਤੀਆਂ ਬੈਂਡ। ਫੋਰ ਐਗਜ਼ਾਮਪਲ ਦਵਾਂ, ਹੁਣ ਤੂੰ ਆ ਦੱਸ ਕਿਹੜੀ ਤੁਹਾਡੇ ਇਹ ਫੈਮਿਲੀ ਵਲੌਗ ਆ? ਇੱਕ ਭੈਣ ਚੋਂ ਨਚਾਈ ਨਾ ਮਲੇਸ਼ੀਆ ਨਾ ਪਤਾ ਨੀ ਕਿਹੜੀ ਆ, ਥਾਈਲੈਂਡ ਥੂਲੈਂਡ ਗਿਆ ਹੋਣਾ, ਕਿਤੇ ਗਏ ਹੋਣੇ ਇੱਥੇ, ਆ ਕੀ ਮਤਲਬ ਆ? ਇੱਕ ਤੇਰਾ ਸੂਟ ਅਤੇ ਇੱਕ ਤੇਰੀ ਗਾਣੀ ਨਾਲ ਭੈਣ ਚੋਂ ਲੱਗਾ ਨੂੰ ਸਵੀਮਿੰਗ ਪੂਲ 'ਚ ਨਚਾਉਣ ਲੱਗਾ, ਇਹ ਕਿਹੜਾ ਫੈਮਿਲੀ ਵਲੌਗ ਆ? ਤੁਹਾਡੇ ਘਰੇ ਇਹੋ ਜਿਹੇ ਫੈਮਿਲੀ ਵਲੌਗ ਮੰਨੇ ਜਾਂਦੇ ਆ? ਥੈਂਕ ਯੂ ਸੋ ਮੱਚ ਵੀਡੀਓ ਲਈ, ਅਤੇ ਰੁਕੋ 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 ਜਾਓ ਨਾ, ਬਾਕੀ ਇੱਕ ਗੱਲ ਹੋਰ, 8,000-9,000 ਫੋਲੋਵਰ ਰਹਿ ਗਏ ਆ, 3,00,000 ਸਬਸਕ੍ਰਾਈਬਰ, ਸੋਰੀ 8-9,000 ਸਬਸਕ੍ਰਾਈਬਰ ਰਹਿ ਗਏ, 3,00,000 ਸਬਸਕ੍ਰਾਈਬਰਸ ਪੂਰੇ ਉਹਨੂੰ। ਸੋ ਸ਼ੇਅਰ ਕਰੋ ਥੋੜ੍ਹਾ ਜਿਹਾ, ਥੋੜ੍ਹਾ ਸਬਸਕ੍ਰਾਈਬ ਕਰੋ, ਦੋਸਤਾਂ ਦੇ ਫੋਨ ਤੋਂ ਕਰੋ, ਜਿਹਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਦਿਉ, ਫ੍ਰੀ ਆਫ ਕੋਸਟ ਆ, ਕੁਛ ਨਹੀਂ ਲੱਗਣਾ, ਇੱਕ ਹੌਸਲਾ ਹੀ ਮਿਲਦਾ ਹੈ। ਥੈਂਕ ਯੂ ਸੋ ਮੱਚ, ਟੇਕ ਕੇਅਰ, ਬਾਏ ਬਾਏ।